ਆ ਗਿਆ ਲੇਡੀ ਜੀ, ਆ ਗਿਆ ਕਿੱਥੇ ਤਰਲੇ ਹੈ ਕੋਈ ਦਾਰੂ ਸਿੱਕੇ ਦਾ ਇੰਤਜ਼ਾਮ? ਕੁੜੀਆਂ ਸਵਾਰਥੀ ਹੁੰਦੀਆਂ ਨੇ, ਕੁੜੀਆਂ ਕਿੱਥੇ ਯਾਰੀ ਨਿਭਾ ਸਕਦੀਆਂ? ਯਾਰੀ ਤਾਂ ਸਿਰਫ ਮੁੰਡੇ ਨਿਭਾ ਸਕਦੇ ਆ। ਯੇ ਧੋਕੇ ਬਾਅਦ ਨਿਭਾਵੇਗਾ ਯਾਰੀ? ਮੈਂ ਬਤਾਊਂਗੀ ਤੈਨੂੰ ਦੋਸਤੀ ਕਿਉਂ ਹੋਵੇ ਹੈ। ਛੋਰੀਆਂ ਕੋਈ ਛੋਰੀਆਂ ਤੇ ਕਮ ਹੈ ਕੇ? ਔਰ ਕੀ ਕਹਿ ਰਿਹਾ ਥਾ ਯੋ, ਮੈਨੂੰ ਦੇਖ ਕੇ ਭੱਜ ਜਾਣਾ? ਯੋ ਰਿਹਾ ਮਾਰਾ ਸੂਟਕੇਸ, ਔਰ ਯੋ ਬੈਠੀ ਮੈਂ, ਤੇ ਕਹਿ ਦਿਓ ਇਸ ਖਸਮ ਨੇ ਜੇ ਹਿੰਮਤ ਹੈ ਨਾ ਤੇ ਕਾਢ ਕੇ ਦਿਖਾਏ। ਲੱਡੂ ਵੀ ਤੁਸੀਂ ਬਣਾਏ? ਇਹ ਵੀ ਬਹੁਤ ਸਵਾਦ ਹੋਣੇ, ਮੈਂ ਖਾ ਲਿਆ। ਅੰਕਲ ਜੀ ਤੁਸੀਂ ਖਾਓ। ਨਹੀਂ ਨਹੀਂ ਮੈਥੋਂ ਲੈ ਨਹੀਂ ਜਾਣੀ। ਅੰਕਲ ਇੱਕ ਤਾਂ ਲਓ। ਨਹੀਂ ਨਹੀਂ ਇਹਦੀ ਤਸੀਰ ਗਰਮ ਹੁੰਦੀ ਹੈ ਨਾ, ਮੈਨੂੰ ਮਨਾ ਹੈ, ਤੁਸੀਂ ਸਮਝਿਆ ਕਰੋ। ਤੁਸੀਂ ਚਲੋ ਫਿਰ। ਠੀਕ ਆ। ਅੰਕਲ ਜੀ ਹਾਜ਼ਰ ਹੋ, ਤੁਹਾਡਾ ਮਸਲਾ ਬਹੁਤ ਗੰਭੀਰ ਹੈ ਅੰਕਲ ਜੀ, ਬਹੁਤ ਗੰਭੀਰ ਹੈ, ਸੱਚੀ ਦੱਸਦਾ। ਹਾਂਜੀ ਹਾਂ। ਕੋਈ ਚੱਕਰ ਨਹੀਂ, ਸਾਡੇ ਭੂੰਤੜੀ 'ਚ ਨਾ ਇੱਕ ਵੈਦ ਹੈ। ਅੱਛਾ। ਵੈਦ ਫਕੀਰ ਚੰਦ। ਓਕੇ। ਇੱਕ ਪੌੜੀ ਦਿੰਦਾ, ਤਸੀਰ ਠੰਡੀ ਕਰ ਦਿੰਦਾ। ਬਸ ਇੱਕ ਪੌੜੀ? ਆ ਦੀਪ ਦੀ ਤਸੀਰ ਵੀ ਅਸੀਂ ਠੰਡੀ ਕਰਾਈ ਅਸੀਂ ਦੱਸਿਆ ਨਾ ਤੁਹਾਨੂੰ। ਉਹ ਦੀਪ ਕਮਾਲ ਦੀ ਕੁੜੀ ਹੈ, ਮੈਨੂੰ ਕਦੇ ਸ਼ੱਕ ਹੀ ਨਹੀਂ ਹੋਇਆ ਕਿ ਇਹਨੂੰ ਵੀ ਕਦੇ ਸੀ।
ਅੰਕਲ ਜੀ, ਇਹੋ ਜਿਹੀਆਂ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ, ਇਹ ਮਹਿਸੂਸ ਕਰਨ ਵਾਲੀਆਂ ਗੱਲਾਂ ਨੇ। ਮਹਿਸੂਸ ਤਾਂ ਬਹੁਤ ਕਰਦਾ ਮੈਂ। ਉਹ ਯਾਰ, ਇਹਨੂੰ ਕੱਢ ਇੱਥੋਂ ਯਾਰ, ਪਲੀਜ਼ ਕੱਢ ਜਾ। ਅੰਕਲ ਜੀ, ਹਾਂ, ਤੁਹਾਡਾ ਪਿੰਡ ਬੜਾ ਸੋਹਣਾ ਜੀ। ਹਾਂ ਜੀ, ਉਹ ਤਾਂ ਹੈ। ਉਹ ਟਿੰਕੇ, ਹਾਂ, ਤੈਨੂੰ ਪਿੰਡ ਭਾਗ ਲਈ ਓਏ। ਹਾਂ ਚਲੋ। ਇੰਨਾ ਵੀ ਸੋਹਣਾ ਨਹੀਂ, ਕੱਲ ਦੇਖ ਲਈ। ਤੂੰ ਐਂ ਦੱਸ, ਕੁੜੀ ਕਦ ਲਿਆ ਕੇ ਦੇਗਾ? ਉਹ ਸ਼ੇਰ ਸਿੰਘ ਜੀ ਆਉਂਗੇ ਹੁਣ। ਹਾਂ ਹਾਂ, ਆ ਗਿਆ ਅੰਕਲ ਜੀ। ਆਪਣਾ ਆਪਣਾ ਮੈਨੂੰ ਬੁਲਾਈ ਜਾਂਦੇ। ਓ ਯਾਰ, ਗੱਲ ਤਾਂ ਪੂਰੀ ਕਰ ਜਾ।